काफी कुछ नजर आ रहा है एक बहुत अलग तरह की पंजाबी फिल्म नजर आ रही है और सानू ए जो आम ਅਸੀਂ ਪੰਜਾਬੀ ਫਿਲਮਾਂ 'ਚ ਇੱਕ ਪਿਛਲਾ ਦੌਰ ਚੱਲ ਰਿਹਾ ਸੀ ਉਸ ਤੋਂ ਅਲੱਗ ਤੋਂ ਆ ਰਹੀ ਹੈ ਇਹਦੇ ਵਿੱਚ ਕੀ ਨਜ਼ਰ ਆਏਗਾ ਮਤਲਬ ਪੰਜਾਬ ਦੀ ਪੋਲਿਟਿਕਸ ਟੋਟਲੀ ਨਜ਼ਰ ਆਏਗੀ ਕਿ ਇੱਕ ਹਰਭਜਨ ਮਾਨ ਗੁਰਪ੍ਰੀਤ ਘੁੱਗੀ ਦਾ ਨਵਾਂ ਕਿਰਦਾਰ ਨਜ਼ਰ ਆਏਗਾ ਮੇਰਾ ਖਿਆਲ ਹੈ ਜੀ ਕਿ ਘੁੱਗੀ ਸਾਹਿਬ ਔਰ ਮੇਰੀ ਇਹ ਤਾਂ ਹਮੇਸ਼ਾ ਹੀ ਕੋਸ਼ਿਸ਼ ਰਹੀ ਹੈ ਕਿ ਜੋ ਕਰੀਏ ਥੋੜਾ ਅਲੱਗ ਹੋਵੇ ਕਿਉਂਕਿ ਜੀਆਂ ਨੂੰ ਤੋਂ ਜੇ ਤੁਰੇ ਆ ਤੇ ਅੱਜ ਅਸੀਂ ਕੁਝ ਅਲੱਗ ਨਹੀਂ ਕਰਾਂਗੇ ਤਾਂ ਮੇਰਾ ਖਿਆਲ ਹੈ ਫਿਰ ਤਾਂ ਨਾ ਹੀ ਸਾਡੇ ਲਈ ਅੱਛਾ ਤੇ ਨਾ ਹੀ ਇੰਡਸਟਰੀ ਲਈ ਚੰਗਾ ਜੀ ਬਿਲਕੁਲ और बाकी जितों तक सब्जेक्ट बिल्कुल नवा फ्रेश है इस तरह की कोई फिल्म पॉलिटिक्स के अज तक पंजाबी विच बनी नहीं जी बाकी तुसीं फिल्म देखोगे तो तुहानूं पता लगेगा जी तुहाडे आइडियाज आ तुहाडी सोच आ कि इस तरह की होएगी उस तरह की होएगी और मैं इहदे थोड़ा ऐड करांगा जिदां तुसीं पहलां पुछिआ सी सफर किस तरह का रहा मैं असीं जहाजा या ट्रेना कारा के सफर सफर ही नहीं मानते असीं तां अपनी जो इस वेले साडी जिहड़ी जर्नी चल रही है फिल्म इंडस्ट्री की असीं उहनूं इंजॉय कर रहे हैं फिलहाल सिनेमा की जिहड़ी जर्नी है और असीं जीआं नूं तां इक ट्रेन शुरू कीती सी और बड़े उहदे विच स्टेशन आए बड़े पैसेंजर चढ़े बड़े उतर गए बड़े चढ़े बड़े उतर गए बुलेट ट्रेन बन गई अज असीं इस बुलेट ट्रेन नूं साडे सीएम साहब दे इक प्लेटफॉर्म ते लिया के खड़ी कीती है ਉੱਥੇ ਅਸੀਂ ਵੇਟ ਕਰ ਰਹੇ ਹਾਂ ਆਡੀਅੰਸ ਦੀ ਔਰ ਸਾਡੀਆਂ ਹੋਰ ਸਵਾਰੀਆਂ ਦੀ ਜਿਹੜੀਆਂ ਇਸ ਟ੍ਰੇਨ ਦੇ ਵਿੱਚ ਸਾਡੇ ਨਾਲ ਸਫ਼ਰ ਕਰਨਗੀਆਂ ਔਰ ਡੈਫੀਨੇਟਲੀ ਸਾਡੀ ਟਰਾਈ ਹੁੰਦੀ ਹੈ ਕਿ ਜਿਹੜੇ ਹਰ ਛੋਟੇ ਮੋਟੇ ਸਟੇਸ਼ਨ ਤੇ ਪੈਸੰਜਰ ਗੱਡੀਆਂ ਰੁਕ ਜਾਂਦੀਆਂ ਅਸੀਂ ਘੱਟੋ ਘੱਟ ਉਹਨਾਂ ਸਟੇਸ਼ਨਾਂ ਦੇ ਨਾਲ ਰੁਕੀਏ ਹਰ ਵਾਰੀ ਨਵੀਆਂ ਚੀਜ਼ਾਂ ਐਕਸਪਲੋਰ ਕਰੀਏ ਨਵੇਂ ਪਲੇਟਫਾਰਮ ਤਿਆਰ ਕਰੀਏ ਔਰ ਸਾਡੇ ਸੀਐਮ ਸਾਹਿਬ ਉਸੇ ਦਾ ਇੱਕ ਹਿੱਸਾ ਉਸੇ ਕੜੀ ਉਸੇ ਦੀ ਇੱਕ ਕੜੀ ਹੈ ਤੁਹਾਨੂੰ ਪਹਿਲਾਂ ਗੁਰਪ੍ਰੀਤ ਜੀ ਇਹ ਪੁੱਛਾਂਗਾ ਜਦੋਂ ਸਾਡੇ ਸੀਐਮ ਸਾਹਿਬ ਤੁਹਾਡੇ ਕੋਲ ਆਏ ਸੀ ਇਹਦੇ ਫਿਲਮ ਬਾਰੇ ਆਇਆ ਸੀ ਇਹਨੂੰ ਕਰਨਾ ਤੁਹਾਡੇ ਮਨ ਦੇ ਵਿੱਚ ਕੀ ਆਇਆ ਸੀ ਕਿ ਮਤਲਬ ਅਸੀਂ ਦੇਖਿਆ ਕਿ ਕਾਫੀ ਤਰ੍ਹਾਂ ਦੇ ਸੰਦੀਗੇ ਅਗਰ ਸੀਰੀਅਸ ਰੋਲ ਕਹੀਏ ਅਗਰ ਕਾਮੇਡੀ ਰੋਲ ਕਹੀਏ ਹਰ ਤਰ੍ਹਾਂ ਦਾ ਰੋਲ ਤੁਸੀਂ ਨਿਭਾ ਲੈਂਦੇ ਹੋ ਔਰ ਇਸ ਵਿੱਚ ਵੀ ਤੁਸੀਂ ਕਾਫੀ ਇੱਕ ਇੰਪੋਰਟੈਂਟ ਇੱਕ ਰੋਲ ਅਦਾ ਕਰਦੇ ਨਜ਼ਰ ਆ ਰਹੇ ਜੋ ਪ੍ਰੋਮੋਸ ਤੋਂ ਹੁਣ ਤੱਕ ਸਾਨੂੰ ਨਜ਼ਰ ਆ ਰਿਹਾ ਜਦੋਂ ਪਹਿਲੀ ਆਫਰ ਤੁਹਾਡੇ ਕੋਲ ਆਈ ਸੀ ਹਰਭਜਨ ਭਾਜੀ ਹੋਣਾ ਜਦੋਂ ਤੁਹਾਡਾ ਗੱਲ ਕੀਤੀ ਕਿ ਇਸ ਟੌਪਿਕ ਤੇ ਜਾਂ ਇਸ ਸਬਜੈਕਟ ਤੇ ਫਿਲਮ ਬਣਾ ਰਹੇ ਤੁਹਾਡਾ ਕੀ ਉਸ ਬਾਰੇ ਵਿਚਾਰ ਸੀ देखो जी आर्टिस्ट की पहली जी मैं समझदा जिम्मेवारी बनती प्रोमिसिंग होना चाहिए जिस काम लिए लिया जाए घट्टो घट वह आता हो करना चाहता हो करने लायक हो सो मैं समझदा जी कि जो मेरे को फिल्म आई सी मेरे को कोई दूजा कारण नहीं कि मैं फिल्म नूं डिनाई कर सकता क्योंकि असं हमेशा एक्सपैरीमेंट और नवे नवी चीज़ा सिनेमे करने के कायल हाँ और कोशिश च रहने कुछ करिए ਇਹ ਸਬਜੈਕਟ ਹੀ ਸਬਜੈਕਟ ਦੇ ਵਿੱਚ ਐਸੀ ਨੋਵਲਟੀ ਹੈ ਕਿ ਇੱਦਾਂ ਦਾ ਸਬਜੈਕਟ ਕਦੇ ਪਹਿਲਾਂ ਦੇਖਿਆ ਹੀ ਨਹੀਂ ਪੰਜਾਬੀ ਦੇ ਵਿੱਚ ਕਿ ਅਸੀਂ ਟੋਟਲੀ ਪੋਲੀਟੀਕਲ ਬੈਕਗਰਾਉਂਡ ਨੂੰ ਲੈ ਕੇ ਉਹਦੇ ਉੱਤੇ ਇੱਕ ਐਂਟਰਟੇਨਿੰਗ ਮੂਵੀ ਬਣਾ ਰਹੇ ਹਾਂ ਸੋ ਮੇਰੇ ਖਿਆਲ ਨਾਲ ਮੇਰੇ ਕੋਲ ਸੈਕਿੰਡ ਥਾਟ ਹੀ ਨਹੀਂ ਸੀ ਕਿ ਮੈਂ ਸੋਚਾਂ ਕਿ ਕਰਨੀ ਹੈ ਕਿ ਨਹੀਂ ਕਰਨੀ ਸੈਕਿੰਡ ਹੋਣੀ ਚਾਹੀਦੀ ਨਹੀਂ ਕਿ ਤੇ ਹਰਭਜਨ ਭਾਜੀ ਅਗਰ ਅਸੀਂ ਦੇਖਿਆ ਕਿ ਹਰ ਤਰ੍ਹਾਂ ਦੇ ਪਿਛਲੀ ਫਿਲਮ ਅਗਰ ਕਰੀਏ ਕਿਰਦਾਰ ਦੀ ਗੱਲ ਕਰੀਏ ਉਹਦੇ ਵਿੱਚ ਇੱਕ ਬਹੁਤ ਅਲੱਗ ਤਰ੍ਹਾਂ ਦਾ ਕਿਰਦਾਰ ਤੁਸੀਂ ਨਿਭਾਇਆ ਸੀ ਜਿਵੇਂ ਤੋਂ ਸ਼ੁਰੂਆਤ ਕੀਤੀ ਸੀ ਹਰ ਤਰ੍ਹਾਂ ਦੇ ਕਿਰਦਾਰ ਤੁਸੀਂ ਨਿਭਾ ਚੁੱਕੇ ਹੋ ਇਸ ਫਿਲਮ ਨੂੰ ਲੈ ਕੇ ਪਹਿਲੀ ਥੌਟ ਤੁਹਾਡੀ ਸੀ ਜਾਂ ਤੁਸੀਂ ਕੁਝ ਹੋਰ ਪਹਿਲਾਂ ਸੋਚਿਆ ਸੀ ਮੇਰੇ ਕੋਲ ਜੀ ਇਸ ਫਿਲਮ ਦੇ ਜੋ ਪ੍ਰੋਡਿਊਸਰ ਨੇ ਉਹ ਖੁਦ ਰਾਈਟਰ ਵੀ ਹੈ ਫਿਲਮ ਦੇ ਸਮੀਤ ਜੀ ਸਾਗਰ ਯੂਨੀਵਰਸਿਸ ਪ੍ਰੋਡਿਊਸਰ ਨੇ ਫਿਲਮ ਦੇ ਮੇਰੇ ਕੋਲ ਜਦ ਆਏ ਤਾਂ ਉਹ ਕਹਿੰਦੇ ਸੀ ਕਿ ਇਹ ਫਿਲਮ ਦੇ ਲਈ ਜਿਹੜੇ ਦੋ ਕੈਰੇਕਟਰ ਮੈਨੂੰ ਬਹੁਤ ਅਹਿਮ ਆ ਜਿਹੜੇ ਚਾਹੀਦੇ ਵੀ ਉਹਨਾਂ ਤੋਂ ਬਗੈਰ ਮੈਂ ਇਹ ਫਿਲਮ ਬਣਾ ਨਹੀਂ ਸਕਦਾ ਬਾਕੀ ਜੋ ਉਹ ਮੇਰੇ ਕੋਲ ਆਪਸ਼ਨਸ ਹੈਗੀਆਂ ਬਾਕੀ ਵੈਸੇ ਜਿੰਨੇ ਸਾਰੇ ਕਲਾਕਾਰ ਨੇ ਬਾ ਕਮਾਲ ਨਿਭਾਇਆ ਬਟ ਉਹ ਕਹਿੰਦੇ ਇੱਕ ਐਸਾ ਹੀ ਸਬਜੈਕਟ ਹੈ ਕਿ ਜਿਹਦੇ ਵਿੱਚ ਮੈਨੂੰ ਗੁਰਪ੍ਰੀਤ ਘੁੱਗੀ ਔਰ ਭਜਨ ਮਾਨ ਹੀ ਚਾਹੀਦੇ ਹੈ ਜੀ ਔਰ ਬਲੀਵ ਕਰਿਓ ਉਹ ਸੀਐਮ ਸਾਹਿਬ ਦੀ ਜਿਹੜੀ ਸਕ੍ਰਿਪਟ ਸੀ ਉਹ ਗਦਾਰ ਤੋਂ ਪਹਿਲਾਂ ਵੀ ਪਹਿਲਾਂ ਰੈਡੀ ਸੀ ਉਹ ਪਹਿਲਾਂ ਸ਼ੁਰੂ ਕਰਨਾ ਚਾਹੁੰਦੇ ਸੀ ਫਿਰ ਗਦਾਰ ਦਾ ਬਣ ਗਿਆ ਅਮਤੋਜ ਜੀ ਹੋਰਾਂ ਦੀ ਉਹ ਫਿਲਮ ਰੈਡੀ ਸੀਗੀ ਤੇ ਅਦਰਵਾਈਜ਼ ਮਤਲਬ ਉਹਨਾਂ ਨੇ ਵੇਟ ਕੀਤੀ ਔਰ ਅਸੀਂ ਮੇਰਾ ਖਿਆਲ ਹੈ ਦੋਨਾਂ ਨੇ ਇਹਦੇ ਵਿੱਚ ਪੂਰਾ ਇਨਸਾਫ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਮੇਰਾ ਖਿਆਲ ਹੈ ਕਿ ਸਾਡੀ ਸਿੰਸੈਰਿਟੀ ਸਾਡਾ ਇੱਕ ਦੂਸਰੇ ਨਾਲ ਜਿਹੜਾ ਰੈਪੋ ਹੈ ਕਿਉਂਕਿ ਫਿਲਮ ਦੋ ਤਿੰਨ ਦੋਸਤਾਂ ਦੀ ਕਹਾਣੀ ਹੈ
ਜਿਹਦੇ ਵਿੱਚ ਦੋ ਦੋਸਤ ਇੱਕ ਦੂਸਰੇ ਦੀ ਕਿਸ ਹੱਦ ਤੱਕ ਜਾ ਸਕਦੇ ਹੈਗੇ ਉਹਨਾਂ ਦਾ ਫੇਟ ਕਹਿ ਲਓ ਉਹਨਾਂ ਦੀ ਡੈਸਟਨੀ ਕਹਿ ਲਓ ਕਿਸ ਤਰ੍ਹਾਂ ਘੇਰ ਕੇ ਉਹਨਾਂ ਨੂੰ ਪੋਲਿਟਿਕਸ ਵੱਲ ਲੈ ਜਾਂਦੀ ਹੈ ਫਿਰ ਕਿਸ ਤਰ੍ਹਾਂ ਸਾਰੀ ਉਹ ਖੇਡ ਅੱਗੇ ਤੁਰਦੀ ਹੈ ਤੇ ਮੈਨੂੰ ਇਹ ਚੀਜ਼ ਦਾ ਮਾਣ ਆ ਕਿ ਜੀ ਪ੍ਰੋਡਿਊਸਰ ਦਾ ਐਡਾ ਵਿਸ਼ਵਾਸ ਸੀ ਕਿ ਮੈਨੂੰ ਸਿਰਫ ਜਿਹੜਾ ਦੋ ਕਿਰਦਾਰ ਡਿੰਪੀ ਔਰ ਲਈ ਔਰ ਯੁੱਧਵੀਰ ਲਈ ਘੁੱਗੀ ਜੀ ਤੇ ਭਜਨ ਜੀ ਹੀ ਚਾਹੀਦੇ ਹਕੀਕਤ ਸਾਹਮਣੇ ਹੈ ਜੋ ਸੱਚ ਸਾਹਮਣੇ ਹੈ ਮੈਂ ਉਹ ਨਾ ਦਿਖਾਈਏ ਸੀ ਸੋ ਪਹਿਲੀ ਗੱਲ ਇਹ ਦੂਸਰਾ ਇਹ ਹੈ ਕਿ ਇਹ ਫਿਲਮ ਕਿਸੇ ਮਹਿਸੂਸ ਕਰ ਰਹੇ ਹਨ ਇੱਕ ਲੋਕਾਂ ਦੀ ਨਜ਼ਰ ਦੇ ਰਾਹੀਂ ਅਸੀਂ ਇਹ ਸਬਜੈਕਟ ਨੂੰ ਦੇਖਦੇ ਹਾਂ ਮੇਰਾ ਖਿਆਲ ਹੈ ਕਿ ਉਹਦੇ ਚ ਸਾਨੂੰ ਵੀ ਬਹੁਤ ਵੱਡੀ ਸੈਟੀਸਫੈਕਸ਼ਨ ਹੈ ਕਿ ਅਸੀਂ ਕਲਾਕਾਰ ਹੋਣ ਦੇ ਨਾਤੇ ਇੱਕ ਚੇਂਜ ਤੁਸੀਂ ਸਿਆਸਤ ਦੇ ਵਿੱਚ ਜਿਹੜੀ ਲਿਆ ਸਕਦੇ ਹੋ ਜਾਂ ਤੁਸੀਂ ਪਾਵਰ ਚ ਆਉਣੇ ਹੋ ਤੇ ਕਲਾਕਾਰ ਹੋਣ ਦੇ ਨਾਤੇ ਜੇ ਅਸੀਂ ਲੋਕਾਂ ਨੂੰ ਇਹ ਹੋਰ ਵੀ ਅਵੇਅਰ ਕਰ ਸਕੀਏ ਕਿ ਤੁਹਾਡੀ ਵੋਟ ਔਰ ਬੀਇੰਗ ਪਾਰਟ ਆਫ ਦਾ ਪੋਲਿਟਿਕਸ ਉਹ ਸਿਸਟਮ ਦਾ ਹਿੱਸਾ ਬਣਨਾ ਕਿੰਨਾ ਜ਼ਰੂਰੀ ਹੈ ਅਸੀਂ ਜੇ ਬਾਹਰ ਬੈਠੇ ਬੁਰਾ ਭਲਾ ਕਹੀ ਜਾਵਾਂਗੇ ਤਾਂ ਚੇਂਜ ਕਿਵੇਂ ਆਏਗੀ ਸੋ ਆਈ ਥਿੰਕ ਉਸ ਪੱਖ ਤੋਂ ਘੁੱਗੀ ਜੀ ਔਰ ਮੈਂ ਪਹਿਲੀ ਗੱਲ ਇਹ ਹੈ ਕਿ ਐਜ਼ ਐਨ ਆਰਟਿਸਟ ਸਾਨੂੰ ਬਹੁਤ ਤਸੱਲੀ ਹੈ ਕਿ ਅਸੀਂ ਇਸ ਤਰ੍ਹਾਂ ਦਾ ਸਬਜੈਕਟ ਜਿਹੜਾ ਕਿ ਪੰਜਾਬ ਨੂੰ ਇਸ ਵਕਤ ਬਹੁਤ ਜ਼ਰੂਰਤ ਆ ਉਹ ਅਸੀਂ ਫਿਲਮ ਦੇ ਵਿੱਚ ਦਿਖਾਇਆ ਜੀ ਬਿਲਕੁਲ ਗੁਰਪ੍ਰੀਤ ਜੀ ਤੁਹਾਨੂੰ ਇਹ ਪੁੱਛਾਂਗਾ ਜੀ ਉਹ ਇਸ ਵਕਤ ਪੰਜਾਬ ਦੀ ਪੋਲਿਟਿਕਸ ਜਾਂ ਪੰਜਾਬ ਦੇ ਇਸ ਵਕਤ ਹਾਲਾਤ ਨੇ ਕੀ ਤੁਹਾਨੂੰ ਕੀ ਲੱਗਦਾ ਹੈ ਕਿ ਲੋਕ ਆਪਣੇ ਆਪ ਨੂੰ ਜਾਂ ਲੋਕ ਜਿਹੜੇ ਇਸ ਵਕਤ ਜਿਹੜੇ ਫਿਲਮ ਦੇਖਣਗੇ ਆਉਣ ਤੋਂ ਬਾਅਦ ਰਿਲੇਟ ਕਰ ਸਕਦੇ ਨੇ ਸਾਡੇ ਸੀਐਮ ਸਾਹਿਬ ਨੂੰ ਉਹਦੇ ਨਾਲ ਦੇਖੋ ਜੀ ਕਿ ਫਿਲਮ ਇੱਕ ਸਿਰਫ ਐਂਟਰਟੇਨਮੈਂਟ ਦਾ ਮਾਧਿਅਮ ਹੁੰਦਾ ਹੈ ਜਾਂ ਉਹਦੇ ਵਿੱਚੋਂ ਤੁਸੀਂ ਕੁਛ ਚੰਗੀਆਂ ਚੀਜ਼ਾਂ ਤੁਹਾਨੂੰ ਅਗਰ ਮਿਲਦੀਆਂ ਤੁਸੀਂ ਉਹ ਨਾਲ ਜ਼ਿੰਦਗੀ 'ਚ ਕੈਰੀ ਕਰਨੀਆਂ ਹੁੰਦੀਆਂ ਬਾਕੀ ਉਹਦਾ ਰੀਅਲ ਲਾਈਫ ਦੇ ਉੱਤੇ ਜਾਂ ਓਰਿਜਨਲ ਚੀਜ਼ਾਂ ਦੇ ਉੱਤੇ ਕਿੰਨਾ ਕੁ ਅਸਰ ਪੈਂਦਾ ਮੈਨੂੰ ਨਹੀਂ ਲੱਗਦਾ ਕਿ ਬਹੁਤ ਜ਼ਿਆਦਾ ਇੰਟੈਂਸ਼ਨ 'ਤੇ ਡਿਪੈਂਡ ਕਰਦਾ ਕਿ ਕਿਸ ਇੰਟੈਂਸ਼ਨ ਨਾਲ ਫਿਲਮ ਬਣਾਈ ਗਈ ਅਸੀਂ ਸਿਰਫ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੇ ਲੋਕ ਐਂਟਰਟੇਨਮੈਂਟ ਵਾਸਤੇ ਫਿਲਮ ਬਣਾਈ ਹੈ ਲੋਕਾਂ ਨੂੰ ਅਸੀਂ ਕੁਛ ਚੀਜ਼ਾਂ ਸਾਹਮਣੇ ਜ਼ਰੂਰ ਲੈ ਕੇ ਆਉਂਦੇ ਹਾਂ ਸੱਚਾਈਆਂ ਕਿ ਆਹ ਜ਼ਿੰਦਗੀ ਹੈ ਆਹ ਦੁਨੀਆ ਇਸ ਤਰ੍ਹਾਂ ਦੇ ਕੰਮ ਦੁਨੀਆ 'ਚ ਹੋ ਰਹੇ ਨੇ ਔਰ ਐਕਟਰ ਦਾ ਕੰਮ ਹੈ ਜਾਂ ਫਿਲਮ ਮੇਕਰ ਦਾ ਕੰਮ ਹੈ ਕਿ ਟਰੁੱਥਫੁੱਲ ਅਪਰੋਚ ਦੇ ਨਾਲ ਇਹ ਆਪਣਾ ਕੰਮ ਕਰੇ ਲੋਕੀ ਚੰਗਾ ਮਾੜਾ ਆਪ ਸਮਝ ਲੈਂਦੇ ਬਿਲਕੁਲ ਇਹ ਗੱਲ ਤੇ ਹੈਗੀ ਆ ਅਗਰ ਜੋ ਹੁਣ ਤੱਕ ਅਸੀਂ ਫਿਲਮ ਦੇ ਪ੍ਰੋਮੋਸ ਵਿੱਚ ਵੀ ਦੇਖ ਰਹੇ ਹਾਂ ਲੋਕੇਸ਼ਨ ਤੇ ਵੀ ਕਾਫੀ ਮਿਹਨਤ ਕੀਤੀ ਗਈ ਆ ਬੜੀ ਇੱਕ ਰਿਐਲਿਟੀ ਸ਼ੋ ਕੀਤੀ ਗਈ ਆ ਕਿਉਂਕਿ ਨਹੀਂ ਤੇ ਕਈ ਵਾਰ ਅਕਸਰ ਅਸੀਂ ਦੇਖਿਆ ਕਿ ਜਦੋਂ ਪੰਜਾਬੀ ਇੰਡਸਟਰੀ ਸ਼ੁਰੂ ਹੋਈ ਸੀ ਉਦੋਂ ਕਈ ਵਾਰ ਬਜਟ ਦੀ ਵੀ ਪ੍ਰੋਬਲਮ ਹੁੰਦੀ ਸੀ ਇੰਨੇ ਨਹੀਂ ਚੀਜ਼ਾਂ ਅਵੇਲੇਬਲ ਸੀ ਲੇਕਿਨ ਇਸ ਫਿਲਮ ਦੇ ਵਿੱਚ ਹਰ ਚੀਜ਼ ਪਰਫੈਕਟ ਨਜ਼ਰ ਆ ਰਹੀ ਹੈ ਦੇਖੋ ਜੀ ਇਹਦਾ ਕਾਫੀ ਧਿਆਨ ਰੱਖਿਆ ਗਿਆ ਇਸ ਫਿਲਮ 'ਚ ਹਾਂ ਬਿਲਕੁਲ ਜੀ ਇਟ ਟੁੱਕ ਅ ਲੌਂਗ ਟਾਈਮ ਐਮ ਐਨੀ ਫਿਲਮ ਬਣ ਗਈ ਜਿਹਨੇ ਮੇਰੇ ਕੋਲ ਬਹੁਤ ਲੰਬਾ ਸਕੇਜੂਲ ਹੈ ਦੇ 4 5 6 ਸਕੇਜੂਲ ਕਰਨੇ ਪਏ ਪਰ ਸਭ ਤੋਂ ਵੱਧ ਪ੍ਰੋਡਿਊਸਰਸ ਨੂੰ ਮਿਲਣਾ ਦਾ ਸਾਡੀ ਵੀ ਕਈ ਵਾਰੀ ਅਨੋਇੰਸ ਸਹਿਣੀ ਪਈ ਹੋਏਗੀ ਲੈਟ ਮੀ ਬੀ ਓਨੈਸਟ ਟੂ ਯੂ ਸਾਨੂੰ ਲੱਗਦਾ ਕਿ ਯਾਰ ਮੈਂ ਤਾਂ 28 ਦਿਨ ਤੁਹਾਨੂੰ ਦਿੱਤੇ ਸੀ ਪਰ ਤੁਸੀਂ ਅਜੇ ਮੇਰਾ 28 ਦਿਨ ਕੰਮ ਨਹੀਂ ਮੁਕਾਇਆ ਉਹ ਕਰਦੇ ਕਰਦੇ 60 ਦਿਨ ਵੀ ਲੈ ਗਏ ਸਾਡੇ ਕੋਲੋਂ 28 ਦੀ ਥਾਂ ਤੇ ਡਬਲ ਤੋਂ ਵੀ ਜ਼ਿਆਦਾ ਬਟ ਕਿਉਂਕਿ ਉਹਨਾਂ ਦੀ ਵੀ ਕੰਮ ਲਈ ਸਿੰਸੈਰਿਟੀ ਸੀ ਉਹ ਚਾਹੁੰਦੇ ਸੀ ਕਿ ਸਾਨੂੰ ਇਹਨਾਂ ਦੀ ਭਾਵੇਂ ਮਿਹਨਤ ਕਰਨੀ ਪਵੇ ਭਾਵੇਂ ਇਮੋਸ਼ਨਲ ਪ੍ਰੈਸ਼ਰ ਪਾ ਕੇ ਜਿੱਦਾਂ ਮਰਜ਼ੀ ਪਰ ਆਰਟਿਸਟ ਵੀ ਅੰਦਰੋਂ ਇਹ ਸੋਚਦਾ ਹੁੰਦਾ ਕਿ ਜੋ ਕਰ ਰਹੇ ਨੇ ਕਰਦਾ ਬੈਟਰਮੈਂਟਲੀ ਰਹੇ ਹੈ ਨਾ ਚਾਹੇ ਮੈਂ ਔਖਾ ਹੋ ਕੇ ਐਡਜਸਟ ਕਰਾਂ ਜਿੱਦਾਂ ਮਰਜ਼ੀ ਬਟ ਉਹ ਮੈਂ ਉਹਨਾਂ ਦੀ ਜਿਹੜੇ ਪ੍ਰੋਡਿਊਸਰਸ ਨੇ ਔਰ ਉਹਨਾਂ ਦੀ ਲਾਇਲਟੀ ਨੂੰ ਉਹਨਾਂ ਦੀ ਓਨੈਸਟੀ ਨੂੰ ਸਲਾਮ ਕਰਦਾ ਕਿ ਜਿੰਨਾ ਫਿਲਮ ਨੂੰ ਟਾਈਮ ਚਾਹੀਦਾ ਸੀ ਇਹਦੇ ਨਾਲ ਕੋਸਟ ਵੀ ਵੱਧਦੀ ਹੈ ਇੱਕ ਦਿਨ ਦੀ ਸ਼ੂਟਿੰਗ ਵਧਣ ਦਾ ਮਤਲਬ ਰੋਜ਼ ਦਾ 5-7 ਲੱਖ ਰੁਪਈਆ ਵਧਣਾ ਤੇ ਉਹਨਾਂ ਨੇ ਕਿਤੇ ਵੀ ਕੰਪਰੋਮਾਈਜ਼ ਨਹੀਂ ਕੀਤਾ ਲੋਕੇਸ਼ਨ ਜੇ ਸਾਨੂੰ ਚੰਡੀਗੜ੍ਹ ਤੋਂ ਸ਼ਿਫਟ ਹੋ ਕੇ ਕਰਨਾਲ ਜਾਣਾ ਪਿਆ ਐਂਡ ਵੀ ਵੈਂਟ ਦੇਅਰ ਮਤਲਬ ਉੱਥੋਂ ਦਿੱਲੀ ਜਾਣਾ ਪਵੇ ਤੁਹਾਨੂੰ ਫਿਰ ਪੰਜਾਬ ਆਉਣਾ ਪਵੇ ਉਹਨਾਂ ਨੇ ਕਿਤੇ ਵੀ ਕੰਪਰੋਮਾਈਜ਼ ਨਹੀਂ ਕੀਤਾ ਆਈ ਥਿੰਕ ਦਿਸ ਇਜ਼ ਦ ਬਿਊਟੀ ਆਫ ਦਿਸ ਮੂਵੀ ਤੇ ਜਦੋਂ ਹਰਪ੍ਰੀਤ ਜੀ ਜਦੋਂ ਅਸੀਂ ਇੱਕ ਸੈਂਸਿਟਿਵ ਮੈਟਰ ਦੇ ਉੱਪਰ ਮੂਵੀ ਬਣਾ ਰਹੇ ਹਾਂ ਕਿਉਂਕਿ ਹਜੇ ਤੇ ਜਦੋਂ ਤੁਸੀਂ ਕਹਿ ਰਹੇ ਕਿ ਇਟਸ ਪੋਲਿਟਿਕਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਲੇਕਿਨ ਫਿਰ ਵੀ ਜਦੋਂ ਨਾਮ ਤੋਂ ਰਿਲੇਟ ਕਰ ਦਿੰਦੇ ਲੋਕਾਂ ਦੇ ਮਨ 'ਚ ਇਹੋ ਹੀ ਆ ਜਾਂਦਾ ਪੋਲਿਟਿਕਸ ਹੈ ਬੈਕਗ੍ਰਾਉਂਡ ਨਹੀਂ ਹੈ ਮਤਲਬ ਵੀ ਰੀਅਲ ਪੋਲਿਟਿਕਲ ਪਾਰਟੀ ਦਾ ਜੇ ਅਸੀਂ ਕਹੀਏ ਕਿ ਜੇ ਕਿਸੇ ਲਈ ਬਣਾਈ ਹੈਗੀ ਜਾਂ ਕਿਸੇ ਨੂੰ ਐਨਹਾਂਸ ਕਰ ਰਹੇ ਹਾਂ ਜਾਂ ਕਿਸੇ ਨੂੰ ਡੈਮੇਜ ਕਰ ਰਹੇ ਹਾਂ ਉਹ ਨਹੀਂ
गुरबाणी जिंदगी का राह दर्शाती है, दसदी है, यही दस रही है कि फिल्म किस चीज से खड़ी है, एक सच से खड़ी है फिल्म। दूसरा तुसी पहला गल कीती सी, मेरा ख्याल है कि गुग्गी भा ते मैं इस गल्ल सानूं बहुत माण है, फखर है कि असी चाहे आप औखे होले होवांगे स्क्रीन परदे दे पिछे जब फिल्म बनदी है जी, बट काइंड ऑफ क्वालिटी, काइंड ऑफ प्रेजेंटेशन द कैनवस वी गिवन टू आवर फिल्म्स या पंजाबी सिनेमे नूं जो दित्ता सी ਉਹਦੇ ਤੇ ਸਾਨੂੰ ਹਮੇਸ਼ਾ ਫਖਰ ਰਹੂਗਾ ਜੀ, ਕਿਉਂਕਿ ਚਾਹੇ ਉਹ ਸਾਡੀ ਬਾਲੀਵੁੱਡ ਦੇ ਕਿਸੇ ਐਕਟਰ ਨੇ, ਪ੍ਰੋਡਿਊਸਰ ਡਾਇਰੈਕਟਰ ਨੇ ਫਿਲਮ ਦੇਖੀ ਹੈ ਤਾਂ ਉਹਨੇ ਲਿਖਿਆ ਵਾ, ਚਾਹੇ ਉਹ ਲੋਕੇਸ਼ਨ ਸੀ, ਚਾਹੇ ਕੰਟੈਂਟ ਸੀ, ਚਾਹੇ ਉਹਦੀ ਟੈਕਨੀਕਲ ਮੇਕਿੰਗ ਸੀ ਫਿਲਮ ਦਾ। ਸੋ ਉਸ ਪੱਖ ਤੋਂ ਵੀ ਮੈਨੂੰ ਲੱਗਦਾ ਹੈਗਾ ਕਿ ਕਾਫੀ ਨਵੀਆਂ ਗੱਲਾਂ ਜਿਹੜੀਆਂ ਇਸ ਫਿਲਮ 'ਚ ਹੋਣਗੀਆਂ ਜਿਹੜੀਆਂ ਪਹਿਲਾਂ ਪੰਜਾਬੀ ਸਿਨੇਮੇ 'ਚ ਸ਼ਾਇਦ ਨਾ ਹੋਣ। ਇਸ ਫਿਲਮ ਦੀ ਵੀਐਫਐਕਸ ਹੀ ਮੇਰਾ ਖਿਆਲ ਹੈ 25 ਮਿੰਟ ਦੀ ਹੈਗੀ। ਸੁਲਝਿਆ ਜਿਹੜਾ ਕਮੇਡੀਅਨ ਔਰ ਸਟੇਜ ਥੀਏਟਰ ਦਾ ਆਰਟਿਸਟ ਹੈ ਗੁਰਪ੍ਰੀਤ ਘੁੱਗੀ, ਔਰ ਅਸੀਂ ਅਕਸਰ ਬੈਠੇ ਗੱਲਾਂ ਕਰਦੇ ਹੁੰਦੇ, ਮੇਰਾ ਖਿਆਲ ਹੈ ਕਿ ਪੰਜਾਬ ਦਾ ਪਿਛਲੇ 25-30 ਸਾਲਾਂ ਜਿਹੜਾ ਕੋਈ ਗਾਣਾ ਸਾਨੂੰ ਨਾ ਯਾਦ ਹੁੰਦਾ ਜਾਂ ਕੋਈ ਕਿਸੇ ਨੋਵਲਿਸਟ ਦੀ ਗੱਲ ਚੱਲਦੀ ਹੈ ਜਾਂ ਕਿਸੇ ਇਸ਼ੂ ਦੀ ਗੱਲ ਚੱਲਦੀ ਹੈ, ਜਿਹੜੇ ਅਸੀਂ ਜਦੋਂ ਸ਼ਾਰਟ ਨਹੀਂ ਰੈਡੀ ਹੁੰਦੇ ਅਸੀਂ ਪਿੱਛੇ ਬੈਠੇ ਹੁੰਦੇ ਹਾਂ ਆਪਦਾ ਟਾਈਮ, ਕਈ ਵਾਰੀ 2-2, 3-3, ਕਈ ਵਾਰੀ 6 ਘੰਟੇ ਵੀ ਬਹਿਣਾ ਪੈਂਦਾ, ਸਰਟਨ ਟਾਈਪ ਦੀ ਲਾਈਟ ਚਾਹੀਦੀ ਹੈ, ਧੁੱਪ ਉਸ ਤਰ੍ਹਾਂ ਨਹੀਂ ਜਾਂ ਹੈ, ਉਹ ਇਸ ਗੱਲੋਂ ਅਸੀਂ ਘੁੱਗੀ ਭਾ ਦਾ ਬਹੁਤ ਫਿਲਮ ਦੇ ਵਿੱਚ ਇਹਦੇ 'ਚ ਬੈਨੀਫਿਟ ਲਿਆ ਮੇਰੇ ਖਿਆਲ ਹੁਣ ਤੱਕ। ਵੈਸੇ ਵੀ ਜਿਹੜੀਆਂ ਪਹਿਲੀਆਂ ਫਿਲਮਾਂ ਵੀ ਮਨਜੀ ਨਾਲ ਸੀ, ਕਾਫੀ ਇਨਵਾਲਵ ਹੋ ਕੇ ਉਹਨਾਂ 'ਚ ਕੰਮ ਕੀਤਾ, ਕਿਉਂਕਿ ਮਜ਼ਾ ਆਉਂਦਾ ਜੀ ਇੱਕ ਫਰੀਡਮ ਜਦ ਤੁਹਾਨੂੰ ਮਿਲਦਾ ਐਜ਼ ਐਨ ਐਕਟਰ ਕਿ ਤੁਸੀਂ ਉਹਦੇ ਵਿੱਚ ਥੋੜ੍ਹਾ ਬਹੁਤਾ ਕੁਛ ਐਡ ਕਰ ਸਕੋ। ਇੱਦਾਂ ਹੀ ਸੀ, ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਸੀ ਜਿਹੜੀਆਂ ਮੌਕੇ 'ਤੇ ਡਾਇਲੋਗ ਜਾਂ ਇਸ ਤਰ੍ਹਾਂ ਕਹਿਣਗੇ ਜੀ ਜਾਂ ਇਸ ਤਰ੍ਹਾਂ ਇੰਪਰੋਵਾਈਜ਼ ਕਰਨਾ ਚੰਗਾ ਹੁੰਦਾ ਜੀ, ਕਿਉਂਕਿ ਸੈੱਟ 'ਤੇ ਤੁਸੀਂ ਜਦੋਂ ਐਟਮੋਸਫੀਅਰ ਦੇ ਵਿੱਚ ਗੁਜ਼ਰਦੇ ਹੋ ਨਾ, ਉਹ ਜੋ ਸਕ੍ਰਿਪਟ ਲਿਖੀ ਗਈ ਸੀ ਉਦੋਂ ਉਹ ਮਾਹੌਲ ਨਹੀਂ ਸੀ, ਉਹ ਇੱਕ ਬੈੱਡ 'ਤੇ ਬਹਿ ਕੇ ਕਿਸੇ ਕਾਰਨਰ 'ਚ ਬਹਿ ਕੇ ਲਿਖੀ ਗਈ ਸੀ। ਹੁਣ ਅਸੀਂ ਉਸ ਚੀਜ਼ ਨੂੰ ਜਿਉ ਰਹੇ ਹਾਂ, ਹੁਣ ਅਸੀਂ ਉਹ ਕਰੈਕਟਰ ਲਾਈਵਲੀ ਬੋਲ ਰਹੇ ਹਾਂ, ਪਹਿਲਾਂ ਸਿਰਫ ਲਿਖੇ ਜਾ ਰਹੇ ਸੀ ਪੈਨ ਨਾਲ। ਸਿਚੁਏਸ਼ਨ ਕਹਿੰਦੀ ਹੈ ਕਿ ਆਹ ਗੱਲ ਨੂੰ ਇੱਦਾਂ ਕਿਹਾ ਜਾਵੇ ਜਾਂ ਆਹ ਡਾਇਲੋਗ ਇੱਥੇ ਕੱਟ, ਅਸੀਂ ਕਈ ਵਾਰੀ ਆਪਣੇ ਡਾਇਲੋਗ ਕਟਾ ਦਿੰਦੇ ਹਾਂ, ਲੋਕਾਂ ਨੂੰ ਹੁੰਦਾ ਕਿ ਮੇਰਾ ਵੱਧ ਤੋਂ ਫਿਲਮ 'ਚ ਡਾਇਲੋਗ ਹੋਵੇ, ਅਸੀਂ ਉਹਦਾ ਕੋਈ ਸਵਾਲ ਨਹੀਂ ਜੀ, ਅਸੀਂ ਕਹਿੰਦੇ ਈਗੋ ਵਾਲੀ ਗੱਲ ਨਹੀਂ, ਬਟ ਇੱਕ ਬੰਦਾ ਜਿਹੜਾ ਲੋਕ ਕਲਾਕਾਰ ਨੂੰ ਅਸੀਂ 20-25 ਸਾਲਾਂ 'ਚ ਪਿੰਡਾਂ 'ਚ ਵਿਚਰਦੇ ਹਾਂ ਜੀ, ਉੱਥੇ ਫਿਰਦੇ ਹਾਂ, ਕਈ ਚੀਜ਼ ਸ਼ਾਇਦ ਸਾਨੂੰ ਨੇੜੇ ਬਹੁਤ ਮਹਿਸੂਸ ਕੀਤੀ ਹੈ, ਹੰਡਾਈ ਹੈ ਅਸੀਂ ਉਹ। ਬਿਲਕੁਲ ਜੀ, ਜਿੱਦਾਂ ਸਾਡੇ ਪ੍ਰੋਡਿਊਸਰ ਬੇਸਿਕਲੀ ਕਰਨਾਲ ਤੋਂ ਬਿਲੋਂਗ ਕਰਦੇ ਨੇ, ਡਾਇਰੈਕਟਰ ਸਾਡੇ ਬਾਲੀਵੁੱਡ ਤੋਂ ਨੇ, ਤੇ ਪੰਜਾਬੀ ਦੀਆਂ ਬਹੁਤ ਸਾਰੀਆਂ ਠੇਠ ਗੱਲਾਂ ਨੇ ਜਿਹੜੀਆਂ ਅਸੀਂ ਐਡਵਾਈਸ ਕਰਾਂਗੇ ਤਾਂ ਹੀ ਚੰਗਾ ਰਹੇਗਾ। ਬਿਲਕੁਲ, ਇੱਕ ਵਿੱਚ ਉਹ ਚੀਜ਼ ਨਹੀਂ, ਅਸੀਂ ਬਣਾਉਟੀ ਲੱਗਣ ਲੱਗ ਜਾਈਏ। ਅੱਛਾ, ਅਸਲ ਜ਼ਿੰਦਗੀ ਦੇ ਵਿੱਚ ਹਰਪ੍ਰੀਤ ਭਾਈ, ਮੈਂ ਤੁਹਾਨੂੰ ਪੁੱਛਾਂ ਕਿ ਗੁਰਪ੍ਰੀਤ ਤੇ ਭਾਈ ਨੂੰ ਜਿੰਨਾ ਹੁਣ ਪਿਛਲੀਆਂ 2 ਫਿਲਮਾਂ ਛੱਡ ਕੇ, ਵੈਸੇ ਅਗਰ ਫਿਲਮਾਂ ਦੇਖਿਆ ਜਾਏ ਤੇ ਜ਼ਿਆਦਾ ਇਹਨਾਂ ਨੂੰ ਸੌਂਦਿਆ ਦੇਖਿਆ, ਉਹਨੇ ਥੋੜੇ ਸੀਰੀਅਸ ਕਿਰਦਾਰ ਜਿੱਦਾਂ ਅਰਦਾਸ ਦੀ ਗੱਲ ਕਰੀਏ, ਬਹੁਤ 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 ਵਧਾਈਆਂ ਭਾਈ, ਥੈਂਕ ਯੂ ਭਾਈ, ਬਹੁਤ ਵਧੀਆ ਪਰਫਾਰਮੈਂਸ, ਬੜੀ ਮਿਹਰਬਾਨੀ, ਮੈਨੂੰ ਯਾਦ ਹੈ ਭਾਈ ਇੱਥੇ ਹੀ ਗੱਲ ਕੀਤੀ ਸੀ ਅਰਦਾਸ ਦੀ ਉਦੋਂ, ਤੇ ਪਰ ਬਹੁਤ ਸੋਹਣੀ ਫਿਲਮ ਹੈ। ਅਸਲ ਜ਼ਿੰਦਗੀ ਦੇ ਵਿੱਚ ਕਿੱਦਾਂ ਨੇ ਜਿੱਦਾਂ ਮਤਲਬ ਦੇਖਿਆ ਜਾਵੇ? ਦੇਖੋ, ਮੈਂ ਇਹ ਵੀ ਨਹੀਂ ਕਹਿੰਦਾ ਜੀ ਪੰਜਾਬੀ ਜੇ ਕਹਾਵਤ ਆ ਵੀ ਮੈਂ ਦੇ ਘੁੱਗੀ ਪਰ ਲੰਗੋਟੀਏ ਯਾਰ, ਬਟ ਹਮੇਸ਼ਾ ਜੋ ਜਿਸ ਤਨਖਾਹ ਤੋਂ, ਜਿਸ ਅਸੀਂ ਇੱਕ ਦੂਸਰੇ ਨਾਲ ਸਤਿਕਾਰ ਤੋਂ, ਰਿਸਪੈਕਟ ਤੋਂ, ਜਿਹੜਾ 2000 ਤੋਂ ਸਾਡਾ ਜ਼ਿਆਦਾ ਵਾਹ ਵਾਸਤਾ ਪਿਆ, ਕਿਉਂਕਿ GM ਜਦ ਸ਼ੁਰੂਆਤ ਹੋਈ ਤਾਂ ਮਾਂਜੀ ਹੋਰੀ ਬਾਂਬੇ ਤੋਂ ਅਸੀਂ ਆਏ ਤਾਂ ਪਹਿਲਾਂ ਦਿਮਾਗ 'ਚ ਸੀ ਕਿ ਆਹ ਕਿਰਦਾਰ ਲਈ ਘੁੱਗੀ ਭਾਜੀ ਆਉਣਗੇ। ਪਹਿਲੀ ਮੁਲਾਕਾਤ ਮੈਨੂੰ ਅੱਜ ਵੀ ਯਾਦ ਹੈ, ਚੰਡੀਗੜ੍ਹ ਚੀਮਾ ਸਾਹਿਬ ਉਹਨਾਂ ਦਾ ਸਟੂਡੈਂਟ ਹੈ, ਸਿਸਟਰ ਦੇ ਘਰ ਜਲੰਧਰ ਤੋਂ ਆਏ ਘੁੱਗੀ ਭਾਜੀ ਹੋਰੀ। ਮੈਨੂੰ ਇਹਨਾਂ ਦਾ ਸਭ ਤੋਂ ਜਿਹੜੀ ਵਧੀਆ ਗੱਲ ਲੱਗਦੀ ਹੈ ਉਹ ਇਹ ਕਿ ਜੋ ਅੰਦਰੋਂ ਬਾਹਰ ਇੱਕ ਨਹੀਂ, ਆਮ ਤੌਰ ਤੇ ਸਾਡੇ ਕਲਾਕਾਰਾਂ 'ਚ ਡਰਾਮੇ ਵੀ ਬਹੁਤ ਹੁੰਦੇ, ਉਹਨੂੰ ਕਹਿਣ 'ਚ ਕੋਈ ਝਿਜਕ ਨਹੀਂ, ਸਾਡੇ ਪਖੰਡ ਵੀ ਬਹੁਤ ਹੈਗੇ ਜੀ। ਸੋ ਇੱਕ ਜਿਹੜਾ ਉਹ ਰਿਸਪੈਕਟ 15-16 ਸਾਲਾਂ 'ਚ, ਇਹ ਨਹੀਂ ਕਿ ਉਹ ਅੱਜ ਇੱਕ ਦੂਜੇ ਪ੍ਰਤੀ ਅਸੀਂ ਚੇਂਜ ਹੋ ਗਏ, ਮੇਰਾ ਖਿਆਲ ਹੈ ਕਿ ਜਿਹੜੀ ਸਾਂਝ, ਜਿਸ ਤਰ੍ਹਾਂ ਦਾ ਉਹ ਪਿਆਰ ਸੀ, ਸਤਿਕਾਰ ਸੀ,
ਉਹਦੇ ਭੋਰਾ 1% ਵੀ ਕਦੇ ਮੇਰੇ ਕੋਲ ਆਂਚ ਨਹੀਂ ਆਈ ਅਸੀਂ ਦੋਨਾਂ ਨੇ ਨਹੀਂ ਆਉਣ ਦਿੱਤੀ ਉਹੀ ਸਤਿਕਾਰ ਸਾਡਾ ਜੀ ਕਾਇਮ ਹੈ ਇਹੋ ਸਵਾਲ ਹੁਣ ਕੁੱਗੀ ਭਾਈ ਤੁਹਾਨੂੰ ਆ ਹਰਪੰਜ ਭਾਈ ਜੀ ਕਿ ਤੁਹਾਨੂੰ ਵੀ ਲੱਗਦਾ ਕਿ ਇਹ ਅਸਲ ਜ਼ਿੰਦਗੀ ਜੋਗਿੰਦਰ ਡਿਟੋ ਕਰਦੇ ਨੇ ਇਹ ਨਾ ਕਹਿ ਦਿਓ ਸੇਮ ਟੂ ਡੂ ਲੈ ਡੂ ਲੈ ਮੇਰੇ ਡੂ ਲੈ ਕੇ ਦੇ ਹੁੰਦੇ ਨਹੀਂ ਜੀ ਮੇਰਾ ਐਕਸਪੀਰੀਅੰਸ ਇਹ ਕਹਿੰਦਾ ਜੀ ਕਿ ਦੇਖੋ ਜਦੋਂ ਤੁਹਾਡੇ ਕੋਲ ਬੈਸਟ ਟਾਈਮ ਹੁੰਦਾ ਨਾ ਤੁਹਾਡਾ ਆਪਣਾ ਜ਼ਿੰਦਗੀ ਦਾ ਤੁਸੀਂ ਸਾਰਾ ਕੁਝ ਕਮਾ ਸਕਦੇ ਹੋ ਜੇ ਉਦੋਂ ਵੀ ਤੁਹਾਡੇ ਅੰਦਰ ਆਪਣੇ ਲੋਕਾਂ ਲਈ ਆਪਣੀ ਜ਼ਬਾਨ ਲਈ ਲਾਇਲਟੀ ਬਾਕੀ ਹੈ ਆਪਣੇ ਕੰਮ ਲਈ ਸਿੰਸੈਰਿਟੀ ਬਾਕੀ ਹੈ ਤੇ ਤੁਸੀਂ ਤੁਹਾਨੂੰ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ ਰਹਿ ਜਾਂਦੀ ਜਦੋਂ ਇਹਨਾਂ ਦਾ ਬਹੁਤ ਹਿੱਟ ਟਾਈਮ ਮਤਲਬ ਸ਼ੁਰੂ ਹੋਇਆ ਉਦੋਂ ਇਹ ਚਾਹੁੰਦੇ ਤਾਂ ਸ਼ਾਇਦ ਸਿਰਫ ਪੈਸੇ ਵਾਲੇ ਪਾਸੇ ਵੀ ਮਗਰ ਭੱਜ ਤੁਰਦੇ ਵੱਧ ਤੋਂ ਵੱਧ ਪੈਸਾ ਕਮਾਓ ਜਿੱਦਾਂ ਦਾ ਮਰਜ਼ੀ ਗਾਓ ਜੋ ਮਰਜ਼ੀ ਉਦੋਂ ਜੇ ਇਹ ਹਰਭਜਨ ਹੁਣੀ ਨਾ ਸ਼ੁਰੂ ਕਰਦੇ ਆ ਜਿਹੜਾ ਪੰਜਾਬੀ ਫਿਲਮਾਂ ਦਾ ਸਿਲਸਿਲਾ ਤੇ ਅੱਜ ਇੱਕ ਇੰਡਸਟਰੀ ਨੂੰ ਮੈਨੂੰ ਲੱਗਦਾ ਤਾਲੇ ਲੱਗੇ ਹੁੰਦੇ ਸਾਡੀ ਪੰਜਾਬੀ ਫਿਲਮ ਇੰਡਸਟਰੀ ਇਸ ਇੰਡਸਟਰੀ ਨੂੰ ਦੁਬਾਰਾ ਰਿਵਾਈਵ ਕਰਨ ਵਾਲੇ ਹੀ ਹਰਭਜਨ ਭਾਈ ਅੱਛਾ ਉਸ ਤੋਂ ਬਾਅਦ ਇੱਕ ਹੁੰਦਾ ਵੀ ਬੰਦੇ ਸ਼ੁਰੂ ਤਾਂ ਕਰ ਬੈਠੇ ਉਸ ਤੋਂ ਬਾਅਦ ਦੌਰ ਬਦਲ ਕੇ ਬੰਦਾ ਕਹਿੰਦਾ ਚਲੋ ਮੈਂ ਵੀ ਸਮੇਂ ਨਾਲ ਬਦਲ ਜਾਂਦਾ ਆਪਣੇ ਸਟੈਂਡ ਤੇ ਕਾਇਮ ਰਹਿਣਾ ਕਿ ਸਿਨੇਮੇ ਦੀ ਕੁਆਲਿਟੀ ਜਾਂ ਸਿਨੇਮੇ ਦੀ ਜਿਹੜੀ ਸਾਡੀ ਇੱਕ ਆਡੀਅੰਸ ਲਈ ਲਾਇਲਟੀ ਹੈ ਉਹ ਨਹੀਂ ਖਤਮ ਹੋਣ ਦੇਣੀ ਚੰਗੇ ਸਮੇਂ ਦੀ ਫਿਰ ਵੇਟ ਕਰਨੀ ਵਿੱਚੋਂ ਗੈਪ ਲੈ ਲੈਣਾ ਕਈ ਵਾਰੀ ਇਟ ਇਜ਼ ਆਲਵੇਜ਼ ਗੁੱਡ ਤੇ ਹੁਣ ਤੁਸੀਂ ਦੇਖੋ ਜੀ ਕਿ ਵਿੱਚੋਂ ਥੋੜਾ ਜਿਹਾ ਸਮਾਂ 2 ਸਾਲ ਸਿਨੇਮੇ ਦਾ ਅਜੀਬ ਜਿਹਾ ਸਿਨੇਮਾ ਰਿਹਾ ਮੈਂ ਖਰਾਬ ਵੀ ਨਹੀਂ ਕਹਿੰਦਾ ਚਲੋ ਸਾਰੇ ਨੇ ਆਪਣੀ ਆਪਣੀ ਮਿਹਨਤ ਕੀਤੀ ਪਰ ਅਜੀਬ ਜਿਹਾ ਸਿਨੇਮਾ ਹੋ ਗਿਆ 2 ਸਾਲ ਦੇ ਵਿੱਚ ਉਹ ਇੱਕ ਡਿਫਰੈਂਟ ਜ਼ੋਨ 'ਚ ਚਲਾ ਗਿਆ ਸੀ ਹਾਂਜੀ ਬਟ ਉਹਨੂੰ ਵਾਪਸ ਕੱਢ ਕੇ ਲਿਆਂਦਾ ਮੈਂ ਕਹਿੰਦਾ ਜੇ ਨਾ ਕੱਢਦੇ ਤਾਂ ਦਲਦਲ 'ਚ ਚਲੇ ਜਾਣਾ ਸੀ ਆ 2-3 ਫਿਲਮਾਂ ਨੂੰ ਕ੍ਰੈਡਿਟ ਜਾਂਦਾ ਜਿਨ੍ਹਾਂ ਦੇ ਵਿੱਚ ਅੰਗਰੇਜ਼ ਵੀ ਹੈ ਜਿਨ੍ਹਾਂ 'ਚ ਪੰਜਾਬ 1984 ਚਾਰ ਸਾਹਿਬਜ਼ਾਦੇ ਅਰਦਾਸ ਉਹ ਫਿਲਮਾਂ ਨੇ ਤੇ ਉਹਦੇ ਵਿੱਚ ਹੁਣ ਇਹਨਾਂ ਦੀ ਜਿਹੜੀ ਫਿਲਮ ਹੈ ਸਾਡੇ ਸੀਐਮ ਸਾਹਿਬ ਇਹ ਉਸ ਕੜੀ ਦਾ ਇੱਕ ਬਹੁਤ ਬੁਲੰਦ ਹਿੱਸਾ ਹੋਏਗਾ ਕਿ ਸਿਨੇਮਾ ਜਿਹੜਾ ਉਹਦੀ ਅਸਲੀ ਆਈਡੈਂਟੀਫਿਕੇਸ਼ਨ ਇਹ ਹੁੰਦੀ ਹੈ ਕਿ ਉਹ ਸਹੀ ਤਰਜਮਾਨੀ ਕਰੇ ਲੋਕਾਂ ਦੀ ਔਰ ਸਮਾਜ ਦੀ ਔਰ ਆਈ ਐਪਰੀਸ਼ੀਏਟ ਹਿਮ ਐਜ਼ ਐਨ ਐਕਟਰ ਐਜ਼ ਅ ਪਰਸਨ ਐਜ਼ ਅ ਸਿੰਗਰ ਤੇ ਐਜ਼ ਅ ਲਾਇਲਿਸਟ ਪੰਜਾਬੀ ਬਹੁਤ ਅੱਛਾ ਜੀ ਕਿਉਂਕਿ ਇੱਕ ਮੰਚ ਸੀ ਸਿਨੇਮਾ ਹੋਵੇ ਪੰਜਾਬੀ ਅਸੀਂ ਕਿਸੇ ਪਲੇਟਫਾਰਮ ਤੇ ਰਾਹੀਂ ਆਪਣੀ ਗੱਲ ਕਹਿ ਸਕੀਏ ਸਾਰੇ ਅਸੀਂ ਜੋ ਦੁਨੀਆਂ ਦੇ ਵਿੱਚ ਪੰਜਾਬੀ ਦੁਨੀਆਂ ਭਰ ਵਿੱਚ ਬੈਠੇ ਆ ਪਤਾ ਹੀ ਨਹੀਂ ਕਿ ਮੇਰੇ ਖਿਆਲ ਹੁਣ ਤਾਂ ਗਿਣਤੀ ਨਹੀਂ ਕਿੰਨੇ ਮੁਲਕਾਂ ਵਿੱਚ ਬੈਠੇ ਆ ਉਹਨਾਂ ਨੂੰ ਕਨੈਕਟ ਕਰ ਸਕੀਏ ਅਸੀਂ ਇੱਕ ਪਲੈਟਫਾਰਮ ਤੇ ਸਾਰੇ ਇਕੱਠੇ ਹੋ ਸਕੀਏ ਜਿੱਥੇ ਆਪਣੀ ਗੱਲ ਕਹੀ ਜਾ ਸਕੇ ਸੋ ਉਸ ਨਜ਼ਰੀਏ ਤੋਂ ਮੈਨੂੰ ਇਹ ਲੱਗਦਾ ਹੁੰਦਾ ਸੀ ਹਮੇਸ਼ਾ ਕਿ ਸਿਨੇਮਾ ਬਹੁਤ ਸਿਨੇਮੇ ਦੀ ਅਹਿਮੀਅਤ ਹੈ ਆਈ ਨੈਵਰ ਆਨੈਸਟਲੀ ਨੈਵਰ ਵਰਕਡ ਇਨ ਪੰਜਾਬੀ ਸਿਨੇਮਾ ਟੂ ਮੇਕ ਮਨੀ ਜਾਂ ਕਿ ਮੈਂ ਐਕਟਰ ਬਣਨਾ ਵਾਂ ਹੀਰੋਇਨਾਂ ਨਾਲ ਗਾਣੇ ਗਾਉਣੇ ਆ ਕਿ ਬਾਲੀਵੁੱਡ ਤੋਂ ਵਿਹਲੇ ਹੋ ਕੇ ਜਦੋਂ ਆਪਦਾ ਬਾਅਦ ਚ ਬਹੁਤ ਮੋਹ ਜਾਗ ਪੈਂਦਾ ਸਾਨੂੰ ਪੰਜਾਬੀ ਦੀ ਸੇਵਾ ਕਰਨੀ ਪਰ ਇੱਕ ਬੰਦਾ ਆਪਦੀ ਪੀਕ ਤੇ ਹੋਵੇ ਉਦੋਂ ਆਪਦਾ ਛੱਡ ਕੇ ਤੇ ਜੇ ਕਹੀਏ ਜੇ ਇੱਥੇ ਅਰਬਾਂ ਦੇ ਆਪਦੇ ਬਿਜ਼ਨਸ ਛੱਡ ਕੇ ਕੈਨੇਡਾ ਅਮਰੀਕਾ ਤੋਂ ਬੰਦਾ ਕਹੇ ਜੀ ਮੈਂ ਹੁਣ ਪੰਜਾਬ ਜਾ ਕੇ ਕੰਮ ਕਰਨਾ ਹੈ ਜੀ ਉਹ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਕਹਿੰਦੇ ਸਾਰੇ ਕਹਿੰਦੇ ਬਹੁਤ ਹੈ ਜਿਹੜੇ ਆਉਂਦੇ ਕਹਿੰਦੇ ਇਹ 5 ਸਾਲ ਬਾਅਦ ਜਿਹੜੇ ਜਾਂ ਜਿਹੜੇ ਆਉਂਦੇ ਜਦੋਂ ਉੱਥੋਂ ਵਿਹਲੇ ਹੋ ਜਾਣ ਸੋ ਇਹ ਮੈਨੂੰ ਹਮੇਸ਼ਾ ਹੀ ਘੁੱਗੀ ਜੀ ਮਨ ਜੀ ਇਹਨਾਂ ਲੋਕਾਂ ਤੇ ਮਾਣ ਲਓ ਕਿ ਇਹਨਾਂ ਟੀਮ ਦਾ ਇਹਨਾਂ ਨਾਲ ਮੈਂ ਵੀ ਹਿੱਸਾ ਰਿਹਾ ਤੇ ਅੱਜ ਸਭ ਤੋਂ ਜਿਹੜੀ ਇੱਕ ਹੋਰ ਵੱਡੀ ਗੱਲ ਜਿਹੜੀ ਅਸੀਂ ਘੱਟ ਕਰਦੇ ਹਾਂ ਜ਼ਿਕਰ ਉਹ ਹੈ ਕਿ ਅੱਜ ਹਜ਼ਾਰਾਂ ਲੋਕਾਂ ਦਾ ਰੁਜ਼ਗਾਰ ਦਾ ਸਾਧਨ ਵੀ ਪੰਜਾਬੀ ਫਿਲਮ ਇੰਡਸਟਰੀ ਪੰਜਾਬ ਵਿੱਚ ਬਣੀ ਹੈ ਅੱਛਾ ਤੁਹਾਡਾ ਕੀ ਇੱਕ ਨਾ ਫਿਲਮ ਦੇ ਨਾਲ ਨਹੀਂ ਵੈਸੇ ਕਿ ਪੰਜਾਬ ਦੀ ਗੱਲ ਕਰੀਏ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਕੈਨੇਡਾ ਅਮਰੀਕਾ ਜਾਂ ਇੰਗਲੈਂਡ ਦੀ ਗੱਲ ਕਰੋ ਕਿਤੇ ਵੀ ਇਸ ਕੰਟਰੀਆਂ ਦੇ ਵਿੱਚ ਵੈਸਟਰਨ ਕੰਟਰੀ ਦੇ ਵਿੱਚ ਪੰਜਾਬੀ ਬੋਲੀ ਨੂੰ ਜ਼ਿਆਦਾ ਇੰਪੋਰਟੈਂਸ ਮਿਲ ਰਹੀ ਹੈ ਜਿੰਨੀ ਕਿ ਸਾਡੇ ਪੰਜਾਬ 'ਚ ਮਿਲਣੀ ਚਾਹੀਦੀ ਇਹਦੇ 'ਚ ਕੋਈ ਸ਼ੱਕ ਹੀ ਨਹੀਂ ਗਾ ਜੀ ਮੈਂ ਇੱਕ ਮੇਰਾ ਗਾਣੇ ਦਾ ਵੀਡੀਓ ਆਇਆ ਸੀ ਕਿ ਮੈਨੂੰ ਇਹ ਉਹਨਾਂ ਮਨੋ ਵਿਸਾਰ ਦੇ ਮੈਂ ਤੇਰੀ ਮਾਂ ਦੀ ਬੋਲੀ ਬੋਲੀ ਉਹ ਕੋਈ ਵੀਡੀਓ ਕਮਰਸ਼ੀਅਲ ਕਿਉਂਕਿ ਉਹਦਾ ਪਤਾ ਸੀ ਇਹਦੇ 'ਚ ਕੋਈ ਕੀ ਰਿਟਰਨ ਆਉਣਾ ਜਾਂ ਕੀ ਇਹਦਾ ਕਿਹੜਾ ਪਰ ਫਿਰ ਵੀ ਉਹ ਵੀਡੀਓ ਬਣਾਇਆ ਕੋਲੋਂ ਬਣਾਇਆ ਸਭ ਤੇ ਖਰਚਾ ਕੀਤਾ ਉਹਦੇ 'ਚ ਇੱਕ ਲਾਈਨ ਸੀ ਕਿ ਕਾਹਦਾ ਪੁੱਤ ਦਾ ਰਾਜ ਭਾਗ ਮਾਂ ਖੜੀ ਦਫ਼ਤਰੋਂ ਬਾਹਰ ਵੀ ਮੈਂ ਤੇਰੀ ਮਾਂ ਦੀ ਬੋਲੀ ਹਾਂ ਅੱਜ ਵੀ ਕਿੰਨੇ ਵਰ੍ਹਿਆਂ ਬਾਅਦ ਇਹ ਰੌਲੇ ਆ ਕਿ ਜੀ ਮਾਤ ਭਾਸ਼ਾ ਐਕਟ ਵੀ ਬਣ ਗਿਆ ਸਭ ਕੁਛ ਹੋ ਗਿਆ ਫਿਰ ਵੀ ਕੋਈ ਫਾਈਲ ਕੋਈ ਮੂਹਰੇ ਦਫ਼ਤਰ ਦੇ ਕਿਸੇ ਨੰਬਰ ਨਾ ਪਲੇਟ ਕੋਈ ਪੰਜਾਬੀ ਵਿੱਚ ਨਹੀਂ ਤੇ ਕੱਲ੍ਹ ਅਸੀਂ ਬ੍ਰੈਂਪਟਨ ਕੈਨੇਡਾ ਦੇ ਵਿੱਚ ਬ੍ਰੈਂਪਟਨ ਦੀ ਮੇਅਰ ਦੇ ਆਫਿਸ ਦੇ ਵਿੱਚ ਗਏ ਤਾਂ ਉਹਨੇ ਆਪਦਾ ਨਾਂ ਲਿੰਡਾ ਜੈਫਰੀ ਪੰਜਾਬੀ ਵਿੱਚ ਮੂਹਰੇ ਲਿਖ ਕੇ ਲਾਇਆ ਨੇ ਕਿਆ
शरारत करके थमले के पीछे लुक जाते तो मैं तुम्हारे ना थपड़ैल कर दूंगी तुम्हारी छित्तर खाओगे मुझसे ना छित्तर पंजाबी हिंदी का लफ्ज ना थमला ना थपड़ैल ना लुक जाते हो छोटे पापा चाचे वापस एक बार फिर आके गल करते साडे सीएम साहब दी अगर जिंदगी असल जिंदगी ਦੇ ਵਿੱਚ ਪਹਿਲਾਂ ਗੁਰਪ੍ਰੀਤ ਭਾਈ ਤੁਹਾਨੂੰ ਪੁੱਛਿਆ ਵਾ ਤੁਹਾਨੂੰ ਮੌਕਾ ਮਿਲੇ ਪੋਲਿਟਿਕਸ ਜੁਆਇਨ ਕਰਨ ਦਾ ਕਰੋਗੇ ਤੁਸੀਂ ਜਿੰਦਗੀ ਕੀਤੀ ਹੋਈ ਹੈ ਨਹੀਂ ਉਹ ਨਹੀਂ ਉਹਦੀ ਜ਼ਿੰਦਗੀ ਬਣੇ ਇਹਨਾਂ ਨੇ ਮੈਨੂੰ ਪਤਾ ਹੈ ਤਾਂ ਇਹ ਮੇਰਾ ਸਵਾਲ ਹੁਣ ਇਹਨਾਂ ਵੱਲੇ ਆ ਰਿਹਾ ਮੈਂ ਕਿਉਂਕਿ ਇਹਦਾ ਮੈਂ ਆਨਸਰ ਨਾ ਕਰ ਹੀ ਨਹੀਂ ਸਕਦਾ ਕਿ ਮੈਂ ਜੁਆਇਨ ਕਰ ਬੈਠਾ ਹਾਂ ਇਸ ਕਰਕੇ ਹੁਣ ਇਸ ਤੇ ਕੋਈ ਦੂਜੀ رائے ਹੈ ਨਹੀਂ ਬਹੁਤ ਚੰਗੀ ਗੱਲ ਹੈ ਤੁਸੀਂ ਵਧੀਆ ਜਿਹੜੀ ਇੱਕ ਪਾਰਟੀ ਨੂੰ ਤੁਸੀਂ ਸਪੋਰਟ ਕਰਨ ਜਾ ਰਹੇ ਹੋ ਜਿਹੜਾ ਕਿ ਅੱਜ ਦੇ ਦੌਰ 'ਚ ਉਸ ਤਰ੍ਹਾਂ ਦੇ ਬੰਦਿਆਂ ਦੀ ਜ਼ਰੂਰਤ ਹੈਗੀ ਆ ਪੋਲਿਟਿਕਸ ਦੇ ਥੈਂਕ ਯੂ ਜੀ ਥੈਂਕ ਯੂ ਤੇ ਹਰਪਾਲ ਭਾਜੀ ਇਹ ਸਵਾਲ ਤੁਹਾਡੇ ਵਾਸਤੇ ਆ ਨਹੀਂ ਜੀ ਮੈਂ ਇਹ ਨਿਰਣਾ ਕੀਤਾ ਮੈਂ ਪੋਲਿਟਿਕਸ ਵਿੱਚ ਨਹੀਂ ਜਾਣਾ ਜੀ ਬਹੁਤ ਇੰਟਰਸਟ ਆ ਪੋਲਿਟਿਕਸ ਦੇ ਵਿੱਚ ਵੈਸੇ ਵੀ ਜਿਹੜਾ ਬੰਦਾ ਮੈਂ ਸਮਝਦਾ ਆਲੇ ਦੁਆਲੇ ਦੀ ਆਪਦੀ ਨਿੱਤ ਦੇ ਜੋ ਰੋਜ਼ਮਰਾ ਦੀ ਜ਼ਿੰਦਗੀ ਉਹਦੇ ਵਿੱਚ ਅਸੀਂ ਸਿਆਸਤ ਤੋਂ ਮੁਨਕਰ ਹੋ ਨਹੀਂ ਸਕਦੇ ਉਹ ਸਾਡੀ ਜ਼ਿੰਦਗੀ ਦਾ ਬਹੁਤ ਅਹਿਮ ਹਿੱਸਾ ਬਟ ਮੇਰਾ ਇਹ ਮੰਨਣਾ ਹੈ ਜੀ ਕਿ ਇੱਕ ਜਿਹੜਾ ਕਲਾਕਾਰ ਦੇ ਤੌਰ ਤੇ ਕੰਮ ਕਰਨ ਦੀ ਆਜ਼ਾਦੀ ਹੈ ਜੋ ਮਰਜ਼ੀ ਕਹਿ ਸਕਦੇ ਹਾਂ ਗਾ ਸਕਦੇ ਹਾਂ ਜੀ ਸ਼ਾਇਦ ਪੋਲੀਟੀਕਲ ਪਾਰਟੀ ਉਹ ਸਿਸਟਮ ਦੇ ਹਿੱਸਾ ਬਣ ਕੇ ਕਿਤੇ ਨਾ ਕਿਤੇ ਤੁਹਾਡੇ ਤੇ ਭਗਵੰਤ ਮਾਨ ਹੋਰਾਂ ਨੇ ਕੀਤਾ ਔਰ ਉਹ ਪਾਰਟੀ ਜੈਸੇ ਸ਼ਾਇਦ ਉਹ ਗੱਲ ਕਹਿਣ ਦੀ ਖੁੱਲ ਵੀ ਇੱਕ ਨਵਾਂ ਬਦਲਾਵ ਨਵੀਂ ਚੇਂਜ ਹੈਗੀ ਘੁੱਗੀ ਸਾਹਿਬ ਸਾਰੇ ਬਹੁਤ ਆਜ਼ਾਦ ਔਰ ਸੱਚੇ ਸੁੱਚੇ ਆਰਟਿਸਟ ਨੇ ਕੱਲ ਨੂੰ ਕੋਈ ਦਿਲ ਨੂੰ ਗੱਲ ਲੱਗੂ ਵੀ ਤਾਂ ਇਹ ਵੀ ਮੈਨੂੰ ਯਕੀਨ ਹੈ ਕਿ ਇੱਕ ਮਿੰਟ ਚ ਪਾਸੇ ਵੀ ਹੋ ਜਾਣਗੇ ਆਬਵੀਅਸਲੀ ਸੋ ਆਈ ਥਿੰਕ ਇਟਸ ਅ ਗੁੱਡ ਡਿਸੀਜਨ ਜੀ ਜੀ ਥੋੜੇ ਦਿਨ ਪਹਿਲਾਂ ਤੁਹਾਡੀ ਸਪੋਰਟ ਕਰਾਂਗੇ ਜੀ ਨਾਲ ਇਹਨਾਂ ਦੇ ਹਮੇਸ਼ਾ ਹੀ ਹੈ ਜੀ ਥੋੜੀ ਦਿਨ ਪਹਿਲਾਂ ਮੈਂ ਤੁਹਾਡੀ ਇੱਕ ਸਪੀਚ ਵੀ ਦੇਖਿਆ ਸੀ ਲਾਈਵ ਦੇ ਚ ਕਾਫੀ ਕੁਝ ਤੁਸੀਂ ਗੱਲਾਂ ਕੀਤੀਆਂ ਸੀ ਮਤਲਬ ਉਸ ਸਪੀਚ ਦੇ ਵਿੱਚ ਤੁਸੀਂ ਇਹ ਕਹਿ ਸਕਦੇ ਕਿ ਹਾਸੇ ਮਜ਼ਾਕ ਦੇ ਵਿੱਚ ਤੁਸੀਂ ਹਰ ਗੱਲ ਜਿਹੜੀ ਪੋਲਿਟਿਕਸ ਦੀ ਵੀ ਪੰਜਾਬ ਦੀ ਸਮੱਸਿਆ ਵਾਲੀ ਸੀ ਹਰ ਚੀਜ਼ ਨੂੰ ਤੁਸੀਂ ਕਲੀਅਰ ਕਰ ਗਏ ਔਰ ਇਸ ਤਰ੍ਹਾਂ ਦੀ ਸਾਨੂੰ ਜ਼ਰੂਰਤ ਹੈ ਬਸ ਇਹੀ ਇੱਛਾ ਜੀ ਕਿਉਂਕਿ ਲੋਕ ਜੇ ਗੱਲ ਸੁਣਦੇ ਆ ਔਰ ਧਿਆਨ ਨਾਲ ਸੁਣਦੇ ਆ ਤੇ ਫਿਰ ਇਹ ਸਮਾਂ ਹੈਗਾ ਕਿ ਪੰਜਾਬ ਵੀ ਕੋਈ ਚੰਗਾ ਬੋਲ ਸਕੀਏ ਪੰਜਾਬ ਵੀ ਭਾਜੀ ਪੋਲਿਟਿਕਸ ਵਿੱਚ ਸ਼ਾਇਦ ਮੇਰਾ ਰੁਝਾਨ ਕਦੇ ਵੀ ਨਹੀਂ ਸੀ ਜਾਂ ਨਾ ਹੁੰਦਾ ਹਾਂਜੀ ਬਟ ਭਾਜੀ ਇੱਕ ਹੁੰਦਾ ਕਹਿੰਦੇ ਆਪ ਜੂਝਣ ਕੋ ਦਾਓ ਇੱਕ ਸਮਾਂ ਹੁੰਦਾ ਵੀ ਬੰਦਾ ਕਹਿੰਦਾ ਘੱਟੋ ਘੱਟ ਜੇ ਮੇਰਾ ਫੇਸ ਪਾਰਟੀ ਨੂੰ ਦੇ ਕੇ ਹੀ ਪੰਜਾਬ ਦਾ ਕੁਛ ਭਲਾ ਹੋ ਸਕਦਾ ਤੇ ਮੈਂ ਆਪਣਾ ਫੇਸ ਹੀ ਦੇ ਦਿਆਂ ਆਪਣੇ ਕੰਟਰੀਬਿਊਸ਼ਨ ਦੇ ਦਿਆਂ ਲੋਕਾਂ ਨੂੰ ਇਹ ਕਹਿ ਦਾਂ ਕਿ ਜੇ ਤੁਸੀਂ ਮੇਰੇ ਤੇ ਵਿਸ਼ਵਾਸ ਕਰਦੇ ਹੋ ਤੇ ਮੈਂ ਪਾਰਟੀ ਤੇ ਵਿਸ਼ਵਾਸ ਕਰਦਾ ਅਸੀਂ ਰਲ ਕੇ ਕੁਛ ਚੰਗਾ ਪੰਜਾਬ ਦਾ ਕਰ ਸਕਦੇ ਹਾਂ ਬਾਕੀ ਵੀ ਆਰ ਨਾਟ ਬਾਉਂਡ ਟੂ ਡੂ ਸਮ ਨਾ ਸਰਟਨ ਥਿੰਗਸ ਕਿ ਆਹੀ ਕਰਨਾ ਤਾਂ ਹੀ ਪੋਲੀਟੀਸ਼ੀਅਨ ਆ ਅਸੀਂ ਜੋ ਮਨ ਕਰੇਗਾ ਤੁਹਾਨੂੰ ਗੁਰਪ੍ਰੀਤ ਘੁੱਗੀ ਪੋਲੀਟਿਕਸ ਨੇ ਨਹੀਂ ਬਣਾਇਆ ਤੁਸੀਂ ਆਪਣੇ ਆਪ ਬਹੁਤ ਵੱਡੀ ਹਸਤੀ ਹੋ ਐਂਡ ਜੇ ਤੁਸੀਂ ਫਿਕਰਮੰਦ ਹੋ ਪੰਜਾਬ ਲਈ ਇਨਵੋਲਵ ਹੋਣਾ ਬਹੁਤ ਅੱਛੀ ਗੱਲ ਹੈ ਮੈਂ ਅਸੀਂ ਤਾਂ ਫਲਾਈਟ ਵਿੱਚ ਵੀ ਬੈਠੇ ਵੀ ਇਹੀ ਗੱਲਾਂ ਕਰਦੇ ਹੁੰਦੇ ਇਵਨ ਜਿਹੜਾ ਬੰਦਾ ਜਿੱਥੇ ਬਾਹਰ ਬੈਠੇ ਅਗਰ ਅਸੀਂ ਚਲੋ ਇਲੈਕਸ਼ਨਸ ਨਹੀਂ ਕੰਟੈਸਟ ਕਰਨੀਆਂ ਅਸੀਂ ਨਹੀਂ ਉੱਥੇ ਤਾਂ ਥੋੜਾ ਬਹੁਤ ਸਾਨੂੰ ਰਿਐਕਟ ਤਾਂ ਕਰਨਾ ਚਾਹੀਦਾ ਜੀ ਸਾਨੂੰ ਤਾਂ ਉਹਨਾਂ ਦੀ ਸਪੋਰਟ ਕਰਨੀ ਬਿਲਕੁਲ ਠੀਕ ਉਹੀ ਗੱਲ ਹੋ ਜਾਂਦੀ ਨਾ ਕਿ ਵੋਟ ਅਸੀਂ ਪਾਉਣੀ ਨਹੀਂ ਤਾਂ ਫਿਰ ਕਹਿੰਦਾ ਸਰਕਾਰ ਕੇ ਕੰਮ ਦੀ ਔਰ ਸਿਸਟਮ ਮਾੜਾ ਸਿਸਟਮ ਮਾੜਾ ਜੇ ਤੁਸੀਂ ਸਰਕਾਰ ਤਾਂ ਉਹਨਾਂ ਦੀ ਬਣਾਇਆ ਬਣਨੀ ਜਿਹੜੇ 2000 ਚ ਵਿਕੀਆਂ ਨੇ ਫਿਰ ਉਹਨਾਂ ਦੀ ਬਣਾਈ ਬਣੇਗੀ ਬਿਲਕੁਲ ਗੱਲ ਹੈ ਸੱਚੀ ਹੈ ਬਦਲਾਅ ਦੀ ਜ਼ਰੂਰਤ ਹੈ ਔਰ ਸਾਡੇ ਸੀਐਮ ਸਾਹਿਬ ਜੀ ਵੀ ਸਾਨੂੰ ਇਹੋ ਬਦਲਾਅ ਨਜ਼ਰ ਆਉਂਦਾ ਹੈ ਇਹ ਬਿਲਕੁਲ ਹੀ ਸਿਨਮੇ 'ਚ ਬਦਲਾਅ ਲੈ ਕੇ ਆਏਗਾ ਜੀ ਲੋਕਾਂ ਦੇ ਦਿਮਾਗ 'ਚ ਇੱਕ ਵਹਿਮ ਕੱਢੇਗਾ ਕਿ ਫਿਲਮ ਸਿਰਫ ਮੁੰਡੇ ਕੁੜੀ ਦੇ ਇਸ਼ਕ ਮੁਹੱਬਤ ਦੀ ਫਿਲਮ ਬਣ ਸਕਦੀ ਹੈ ਜਾਂ ਬਦਲਾਖੋਰੀ ਦੀ ਫਿਲਮ ਬਣ ਸਕਦੀ ਹੈ ਜਾਂ ਸਿਰਫ ਕਾਮੇਡੀ ਫਿਲਮਾਂ ਬਣ ਸਕਦੀਆਂ ਮਤਲਬ ਇਹ ਕੋਈ ਗੱਲ ਨਹੀਂ ਹੁੰਦੀ ਜੀ ਹਰ ਸਬਜੈਕਟ ਤੇ ਫਿਲਮ ਬਣਾਓ ਮੈਂ ਕਹਿੰਦਾ ਕੋਈ ਸਬਜੈਕਟ ਕੋਈ ਵੀ ਸਾਡੇ ਹਾਲੀਵੁੱਡ ਦੇਖੋ ਜੀ ਇੱਕ ਨਿੱਕੀ ਜੀ ਗੱਲ ਨੂੰ ਲੈ ਕੇ ਫਿਲਮ ਬਣ ਜਾਂਦੀ ਹੈ ਜੀ
मनोरंजन सब तो वड्डा एक सवाल बन रहा है। खास तौर पे अगर पंजाबीयत की गल की जाए तो पंजाब की अगर गल की जाए तो जिन्हें बाहरले ने संभालिया पंजाब उन्ना ज्यादा चंगा है। सो साडा सारयां दा फर्ज बनता है कि जो कुछ चंगी चीज साडे कोल आ रही है उसनूं एप्रीशिएट ही देना चाहिए। जे तुसीं घर बैठ के सिर्फ अपनी राय पहलां ही देख लो कि नहीं ये तो चंगी नहीं होनी इहदे च उही कुछ होना जो बाकी पंजाबी फिल्मां च, फिर उहदे नाल मजा नहीं आना हुंदा। सो गुरप्रीत भाजी जाण तों पहलां की सुनेहा की मैसेज तुसीं देना चाहुंदे हो? साडे सीएम साहब अजी ते वेखण जरूर जावांगे 27 तरीक नूं, और रिक्वेस्ट भी सारयां नूं इही करांगे कि इक वारी जरूर जाके देखो तुसीं। नहीं बिल्कुल जी, और मैं बेनती यही करांगा साडे सारे लिसनर्स नूं, साडे सारी ऑडियंस नूं कि तुसीं इन्ने साल तो साढ़े विश्वास करते आ रहे हो और विश्वास कायम रखो। असी अपनी जी थोड़े नाल साडी कमिटमेंट है असी उन्हों कायम रखांगे, हमेशा एप्रीशिएट असी करते हैं सिर्फ चंगे काम नूं, और साडी कमिटमेंट यही है कि मैं जे 100 फिल्मां या चलो 100 ज्यादा हो गई हैं, जे 50 फिल्मां कीतियां होणगियां लाइफ विच 100 ते होणियां, चलो मैं तुक्का जिहा ला दिंदा, जे 50 कीतियां होणगियां ते असीं प्रमोशन जे 15 दी कीती होवेगी तां ओह कोई रीजन रहेगा। असीं भी उसे चीज़ लई तुहानूं प्रोमिस करदे हां जिहड़ी सानूं गरंटी हुंदी है ਕਿ ਇਹਦੇ ਵਿੱਚ ਕੋਈ ਬਹੁਤ ਅੱਛਾ ਤੁਹਾਨੂੰ ਕੁਝ ਦੇਖਣ ਵਾਲਾ। ਮੈਂ ਅਰਦਾਸ ਲਈ ਵੀ ਆਇਆ ਸੀ, ਮੈਂ ਉਹੀ ਕਹਿਣ ਲੱਗਾ ਸੀ ਇਸ ਚੀਜ਼ ਦੀ ਮੈਂ ਤੁਹਾਨੂੰ ਕਹਿ ਰਿਹਾ ਸੀ ਕਿ ਵਕਾਲਤ ਕਰ ਸਕਦਾ ਕਿਉਂਕਿ ਅਰਦਾਸ ਵੀ ਆਇਆ ਸੀ, ਇਹਨਾਂ ਨੇ ਕਿਹਾ ਸੀ ਅਰਦਾਸ ਨੂੰ ਦੇਖਿਓ ਜ਼ਰੂਰ। ਹੁਣ ਇਹ ਦੇਖਣ ਤੋਂ ਬਾਅਦ ਇਹ ਕਹਿ ਸਕਦੇ ਹਾਂ ਕਿ ਜੇ ਸਾਡੇ ਸੀਐਮ ਸਾਹਿਬ ਨੂੰ ਕਹਿ ਰਹੇ ਕਿ ਇੱਕ ਵਾਰੀ ਦੇਖੋ, ਇਹ ਦੇਖਣ ਤੋਂ ਬਾਅਦ ਹੀ ਤੁਸੀਂ ਦੱਸੋਗੇ। ਬਿਲਕੁਲ ਜੀ, ਇਟਸ ਮਸਟ ਵਾਚ ਮੂਵੀ, ਔਰ ਤੁਸੀਂ ਇਹਦੇ ਨਾਲ ਅਰਦਾਸ ਵਰਗਾ ਫਲੇਵਰ ਇਹਦੇ 'ਚ ਨਹੀਂ ਹੈ, ਹਰ ਚੀਜ਼ ਦਾ ਆਪਣਾ ਫਲੇਵਰ ਹੈ। ਜਿੱਦਾਂ ਬਾਜੀ ਖਾਣ ਵਾਲੀਆਂ ਚੀਜ਼ਾਂ ਦੇ ਆਪਣੇ ਆਪਣੇ ਸਵਾਦ ਹੁੰਦੇ ਨੇ, ਉਹਦੀ ਆਪਣੀ ਅਹਿਮੀਅਤ, ਇਹਦੀ ਆਪਣੀ ਅਹਿਮੀਅਤ ਹੈ। ਤੁਸੀਂ ਪੰਜਾਬ ਨੂੰ, ਪੰਜਾਬ ਦੀ ਪੋਲਿਟਿਕਸ ਨੂੰ ਆਪ ਸਮਝਣਾ, ਆਪਣੇ ਬੱਚਿਆਂ ਨੂੰ ਦਿਖਾਉਣਾ ਕਿ ਕੀ ਸਿਨੈਰੀਓ ਚੱਲ ਰਿਹਾ ਉੱਥੇ, ਤੇ ਇਹ ਕਮਾਲ ਦਾ ਐਂਟਰਟੇਨਮੈਂਟ ਹੋਏਗਾ ਜਿਹਦੇ 'ਚ ਐਂਟਰਟੇਨ ਹੁੰਦੇ ਹੋਏ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਦੇਖ ਸਕੋਗੇ। ਥੈਂਕ ਯੂ ਜੀ। ਐਂਡ ਭਾਜੀ ਤੁਸੀਂ ਇੱਕ ਤੇ ਪਹਿਲਾਂ ਇਹ ਪੁੱਛਣਾ ਹੈ ਕਿ ਆਉਣ ਵਾਲੇ ਸਮੇਂ 'ਚ ਹੋਰ ਇਸ ਤੋਂ ਬਾਅਦ ਕੀ ਆ ਰਿਹਾ, ਕਿਉਂਕਿ ਮੈਨੂੰ ਪਤਾ ਤੁਸੀਂ ਕਾਫੀ ਲੰਮੀ ਪਲੈਨਿੰਗ ਕਰਕੇ ਰੱਖਦੇ ਹੋ। ਨਹੀਂ ਕੋਈ ਜ਼ਿਆਦਾ ਲੰਮੀ ਨਹੀਂ ਜੀ ਕਰੇ, ਕਿਉਂਕਿ ਜਿਹੜਾ ਬਹੁਤਾ ਸੋਚਿਆ ਸੋਚਣਾ ਹੋਵੇ, ਸੋ ਜੇ ਅਸੀਂ ਨਿਰੀ ਹਾਂ ਇਹ ਜ਼ਰੂਰ ਆ ਕਿ ਥੋੜਾ ਬਹੁਤ ਅਗਲੇ 5-6 ਮਹੀਨੇ ਸਾਲ ਦਾ ਦਿਮਾਗ 'ਚ ਚੱਲਦਾ ਰਹਿੰਦਾ। ਹਾਂਜੀ, ਮੇਰੇ ਲਈ ਜੀ ਆਹ ਫਿਲਮ ਤੋਂ ਬਾਅਦ ਜਿਹੜਾ ਸਭ ਤੋਂ ਅਹਿਮ ਹੈ ਉਹ ਕਿ ਥੋੜਾ ਜਿਹਾ ਸੰਗੀਤ ਵੱਲ ਧਿਆਨ ਦੇਣਾ ਜੀ। ਇੱਕ ਤਾਂ ਸਤਰੰਗੀ ਪੀਂਗ, 3 ਗੁਰਸੇਵਕ ਨਾਲ ਜੀ, ਉਹ ਮੇਰੀ ਬੜੀ ਦੇਰ ਦੀ ਰੀਝ ਆ, 3-4 ਗਾਣੇ ਹੋ ਗਏ ਆ, ਬਾਕੀ ਨੇ ਵੈਸੇ ਅੱਜ ਕੱਲ੍ਹ ਸੀਡੀ ਫੁੱਲ ਕੋਈ ਕੱਢਦਾ ਨੀ ਜੀ, ਲਾਹੇ ਬਣਦਾ ਜੀ, ਤੇ ਬਟ ਇਹ ਹੈਗਾ ਕਿ ਆਪਦੇ ਕੰਮ ਲੱਗੇ ਰਹਿਣਾ ਚਾਹੀਦਾ ਜੀ। ਬਾਕੀ ਜੋ ਚੱਲਦਾ ਹੈਗਾ ਉਹ ਇੱਕ ਕਿਤੇ ਭੀੜ ਦੇ ਵਿੱਚ ਸ਼ਾਮਲ ਨਾ ਹੋਏ ਆ 25 ਸਾਲਾਂ ਤੋਂ ਨਾ ਹੋਣਾ ਜੀ। ਤੇ ਦੂਸਰਾ ਬਾਕੀ ਹੋਰ ਕੁਛ ਗੀਤ ਨੇ ਜੀ, ਫਿਲਮ ਹੈ ਅਗਲੀ ਇੱਕ ਮੰਤੋਜਪੁਰਾ ਨਾਲ, ਤੇ ਬੜੀ ਕਾਫੀ ਦੇਰ ਤੋਂ ਮੇਰੀ ਇੱਛਾ ਜੀ ਕਿ ਅਸੀਂ ਇੱਕ ਤਿੱਕੜੀ ਜਿਹੜੀ 4-5 ਫਿਲਮਾਂ ਸ਼ੁਰੂ ਦੇ ਦੌਰ ਦੀਆਂ ਅਸੀਂ ਕੀਤੀਆਂ ਸੀ, ਮਨਮੋਹਨ ਸਿੰਘ, ਗੁਰਪ੍ਰੀਤ ਘੁੱਗੀ, ਹਰਭਜਨ ਮਾਨ, ਤੇ ਮਾਨ ਜੀ ਨੂੰ ਲੈ ਕੇ ਫਿਰ ਦੁਬਾਰਾ ਤੋਂ ਇੱਕ ਫਿਲਮ ਆ ਸਾਲ ਜਾਂ ਅਗਲੇ ਸਾਲ ਦੇ ਸ਼ੁਰੂ ਦੇ ਵਿੱਚ ਹੈ ਦਿਲ 'ਚ ਕਿਉਂ ਕਰਨੀ ਹੈ ਜੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਔਰ ਜੀ ਮੈਂ ਸਾਰਿਆਂ ਨੂੰ ਫਿਰ ਇੱਕ ਵਾਰੀ ਦੱਸਦਾ, 27 ਤਰੀਕ ਨੂੰ ਫਿਲਮ ਰਿਲੀਜ਼ ਹੋਣੀ ਹੈ, ਆਪਾਂ ਥੀਏਟਰ 'ਚ ਦੇਖਣਾ ਹੈ, ਔਰ ਉਸੇ ਦਿਨ ਫਿਰ ਆਪਾਂ ਸਾਰਿਆਂ ਨੇ ਦੱਸਣਾ ਵੀ ਹੈ ਕਿ ਕਿੰਨਾ ਵੀ ਲੱਗੀ। ਥੈਂਕ ਯੂ ਜੀ, ਧੰਨਵਾਦ, ਬਹੁਤ ਬਹੁਤ ਮਿਹਰਬਾਨੀ, ਧੰਨਵਾਦ।